गुड इवनिंग एवरीवन, मेरा नाम जतिन बंसल है। अज आप कंप्यूटर का जरा अपना पहला चैप्टर चल रहा है इंट्रोडक्शन ऑफ कंप्यूटर हिस्टरी, तो उसका आप पार्ट 4 डिस्कस करांगे। इस तो पहला आप 3 पार्ट्स डिस्कस कर चुके हैं, तुसी चैनल दी प्लेलिस्ट विच विजिट करके वो वाले 3 पार्ट्स देख सकते हो। इस तो पहला अपने कंप्यूटर मैमरी चैप्टर पूरा कंप्लीट किया होया, MS वर्ड वाला चैप्टर आपने पूरा कंप्लीट किया होया। तो ये थोनों पता ही है कंप्यूटर ने अपने पटवारी दे एग्जाम दे विच 15 मार्क्स का आना है, तो दैट्स बेटा कंप्यूटर बहुत इंपॉर्टेंट है। तो अपने हर एक एक मार्क्स नू बेटा पूरा मतलब कंफर्म करके रखो, स्टडी हार्ड करो। मैं थोनों डाटा दे रहा बेटा एक वैल मैनर दे विच, तो तुसी अपनी स्टडी करते रहो ते अगे अपने फ्रेंड्स विच वीडियो नू शेयर भी करते रहा करो। ते चलो अज दा सैशन आपां स्टार्ट करदे। अज दे सैशन विच आपां 50 क्वेश्चन डिस्कस करांगे। तो चलो अज आपां अपना क्वेश्चन स्टार्ट करते हैगे। The term dash covers all those parts of the computer that are tangible object. The tangible objects ਉਹ ਵਾਲੇ objects ਹੁੰਦੇ ਨੇ ਜਿਨ੍ਹਾਂ ਨੂੰ ਆਪਾਂ ਦੇਖ ਸਕਦੇ ਹਾਂ, ਉਹਨੂੰ ਆਪਾਂ ਟੱਚ ਕਰ ਸਕਦੇ ਹਾਂ। ਤਾਂ ਇਹ ਇੰਗਲਿਸ਼ 'ਚ ਫਿਰ ਆਪਾਂ ਇਹਨੂੰ ਕੀ ਕਹਿੰਦੇ ਸੀ, ਹਾਰਡਵੇਅਰ ਕਹਿੰਦੇ ਹੁੰਦੇ ਸੀਗੇ। ਤਾਂ ਹਾਰਡਵੇਅਰ ਆਪਣੇ ਉਹ ਵਾਲੇ ਓਬਜੈਕਟ ਹੁੰਦੇ ਨੇ ਜਿਨ੍ਹਾਂ ਨੂੰ ਆਪਾਂ ਦੇਖ ਸਕਦੇ ਹਾਂ ਅਤੇ ਉਹਨਾਂ ਨੂੰ ਆਪਾਂ ਫਿਜ਼ੀਕਲੀ ਟੱਚ ਵੀ ਕਰ ਸਕਦੇ ਹਾਂ। ਨੈਕਸਟ ਕੁਐਸਚਨ, ਓਨ ਵਿੱਚ ਆਫ ਦੀ ਫੋਲਿੰਗ ਸਟੋਰੇਜ ਡਿਵਾਈਸ ਡਾਟਾ ਇਜ਼ ਸਟੋਰਡ ਪਰਮਾਨੈਂਟਲੀ ਫੋਰ ਲੋਂਗ ਟਾਈਮ ਐਂਡ ਸਟੋਰਡ ਡਾਟਾ ਇਜ਼ ਰੀਡ ਬਾਏ ਬੀਮ ਆਫ ਲੇਜ਼ਰ। ਤਾਂ ਲੇਜ਼ਰ ਦੀ ਹੈਲਪ ਨਾਲ ਪੜ੍ਹਾਂਗੇ ਤਾਂ ਓਬਵੀਅਸ ਜੀ ਗੱਲ ਹੈ ਫਿਰ ਇਹ ਕੋਈ ਆਪਟੀਕਲ ਡਿਵਾਈਸ ਹੋਊਗੀ। ਤਾਂ ਜੇ ਕੋਈ ਆਪਟੀਕਲ ਡਿਵਾਈਸ ਹੈ ਤਾਂ ਇਹਨਾਂ ਵਿੱਚ ਆਪਟੀਕਲ ਡਿਵਾਈਸ ਹੈਗਾ DVD। ਤਾਂ DVD ਤਾਂ D ਆਪਸ਼ਨ, DVD ਡਿਜੀਟਲ ਵਰਸਾਟਾਈਲ ਡਿਸਕ ਦੇ ਉੱਤੇ ਤੁਸੀਂ ਟਿੱਕ ਲਾ ਦੋਗੇ। ਨੈਕਸਟ, ਡੈਸ਼ ਆਰ ਕਲਾਸੀਫਾਈਡ ਔਨ ਦੀ ਬੇਸਿਸ ਆਫ ਨੰਬਰ ਆਫ ਟਰਾਂਜਿਸਟਰ। ਤਾਂ ਨੰਬਰ ਆਫ ਟਰਾਂਜਿਸਟਰ ਦੇ ਬੇਸਿਸ ਦੇ ਉੱਤੇ ਡਿਫਾਈਨ ਕੀਤਾ, ਦੈਟ ਇਜ਼ ਦਾ IC ਇੰਟਰਗ੍ਰੇਟਿਡ ਜਿਹੜੀ ਚਿੱਪ ਹੁੰਦੀ ਹੈ ਉਸਨੂੰ ਇੰਟੀਗ੍ਰੇਟਿਡ ਸਰਕਿਟ ਕਹਿ ਦਿੰਦੇ ਆਪਾਂ। ਤਾਂ ਚਿੱਪ ਤਾਂ ਆਪਾਂ ਵੈਸੇ ਕਹਿ ਦਿੰਦੇ ਆਪਾਂ ਇੰਟੀਗ੍ਰੇਟਿਡ ਸਰਕਿਟ, ਠੀਕ ਹੈ ਨਾ। ਇਸ ਦੇ ਵਿੱਚ ਨੰਬਰ ਆਫ ਟਰਾਂਜਿਸਟਰ ਲੱਗੇ ਹੁੰਦੇ ਨੇ, ਤਾਂ ਇਹਨਾਂ ਨੇ ਇਹੀ ਗੱਲ ਪੁੱਛੀ ਆ, ਆਰ ਕਲਾਸੀਫਾਈਡ ਔਨ ਦੀ ਨੰਬਰ ਆਫ ਟਰਾਂਜਿਸਟਰ। ਤਾਂ IC ਕਹਿੰਦੇ ਆਪਾਂ ਇੰਟੀਗ੍ਰੇਟਿਡ ਸਰਕਿਟ ਕਹਿ ਦਿੰਦੇ ਹੁੰਦੇ ਹਾਂ, ਠੀਕ ਹੈ। ਨੈਕਸਟ, ਵਿਚ ਇਜ਼ ਨੋਟ ਆ ਪਾਰਟ ਆਫ ਆ ਸਿਸਟਮ ਯੂਨਿਟ। ਤਾਂ ਸਿਸਟਮ ਯੂਨਿਟ ਦਾ ਕਿਹੜਾ ਹਿੱਸਾ ਮੇਨ ਨਹੀਂ ਹੁੰਦਾ? ਤਾਂ ਦੇਖੋ ਰੈਮ ਵੀ ਹੈਗਾ, ਦੇਖੋ ਰੈਮ ਆਪਣੇ ਸਿਸਟਮ ਮਤਲਬ ਮਦਰਬੋਰਡ ਦੇ ਉੱਤੇ ਲੱਗੀ ਹੁੰਦੀ ਹੈ, ਰੋਮ ਵੀ ਹੁੰਦਾ ਹੈ, ਹਾਰਡ ਡਿਸਕ, ਮਦਰਬੋਰਡ। ਤਾਂ ਕੀਬੋਰਡ ਨਹੀਂ ਹੁੰਦਾ, ਕੀਬੋਰਡ ਐਕਸਟਰਨਲ ਹੁੰਦਾ, ਦੈਟਸ ਵਾਈ ਸਿਸਟਮ ਯੂਨਿਟ ਦਾ ਹਿੱਸਾ ਨਹੀਂ ਹੈਗਾ। ਤਾਂ ਈ ਆਪਸ਼ਨ ਕੀਬੋਰਡ ਦੇ ਉੱਤੇ ਤੁਸੀਂ ਟਿੱਕ ਲਾ ਦੋਗੇ। ਬੇਟਾ ਜੇ ਚੈਨਲ 'ਤੇ ਨਵੇਂ ਹੋ ਤੁਸੀਂ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਅੱਗੇ ਆਪਣੇ ਫਰੈਂਡਸ 'ਚ ਸ਼ੇਅਰ ਕਰ ਦਿਆ ਕਰੋ ਬੇਟਾ। ਵੱਧ ਤੋਂ ਵੱਧ ਸ਼ੇਅਰ ਕਰਨ ਦੇ ਨਾਲ ਆਪਣਾ ਚੈਨਲ ਜ਼ਿਆਦਾ ਪਾਪੂਲਰ ਹੋਏਗਾ, ਤਾਂ ਮੈਨੂੰ ਵੀ ਮੋਟੀਵੇਸ਼ਨ ਮਿਲਦੀ ਹੈ ਵੀ ਹਾਂ ਵੱਧ ਤੋਂ ਵੱਧ ਸਟੂਡੈਂਟਸ ਪੰਜਾਬ ਦੇ ਮੈਨੂੰ ਦੇਖ ਰਹੇ ਨੇ ਅਤੇ ਮੇਰੀ ਵੀਡੀਓਜ਼ ਨੂੰ ਪ੍ਰੋਪਰ ਵੇ ਨਾਲ ਫੋਲੋ ਕਰਦੇ ਨੇ, ਠੀਕ ਹੈ ਨਾ ਡੀ। ਤਾਂ ਤੁਹਾਨੂੰ ਵੀ ਇੱਕ ਅੱਛਾ ਡਾਟਾ ਮਿਲ ਰਿਹਾ ਹੈ ਤਾਂ ਪਲੀਜ਼ ਸ਼ੇਅਰ ਕਰਦੇ ਰਿਹਾ ਕਰੋ ਅਤੇ ਆਪਣੇ ਨੋਟਸ ਵੀ ਬਣਾਈ ਜਾਇਆ ਕਰੋ। ਬਹੁਤ ਆਪਾਂ ਨੇ ਬੇਟਾ ਇੰਨਾ ਹਾਰਡਵਰਕ ਕਰਨਾ ਹੈ ਵੀ ਆਪਣੇ ਰੈਂਕ ਇੱਕ ਲਈ ਪੜ੍ਹਨਾ, ਆਪਾਂ ਨੇ ਫਸਟ ਰੈਂਕ ਲਈ ਪੜ੍ਹੋ ਹਮੇਸ਼ਾ, ਠੀਕ ਹੈ ਨਾ, ਵੀ ਤਾਂ ਜੋ ਆਪਾਂ ਨੂੰ ਕੋਈ ਜੋਬ ਲੈਣ ਤੋਂ ਕੋਈ ਪਰਸਨ ਆਪਾਂ ਨੂੰ ਇਨਕਾਰ ਨਾ ਕਰ ਸਕੇ, ਠੀਕ ਹੈ ਨਾ। ਤਾਂ ਆਪਣਾ ਇੱਕ ਰੈਂਕ ਲਈ ਪੜ੍ਹੋ, ਇਹ ਥੋੜ੍ਹਾ ਮੋਟਾ ਪੜ੍ਹਨ ਨਾਲ ਕੁਛ ਨਹੀਂ ਬਣਨਾ, ਜੇ ਪੜ੍ਹਨਾ ਹੀ ਹੈ ਚੱਜ ਨਾਲ ਪੜ੍ਹ ਲਓ ਥੋੜ੍ਹਾ ਜਿਹਾ, ਠੀਕ ਹੈ ਨਾ। ਜਿਵੇਂ ਮੈਂ ਹਮੇਸ਼ਾ ਬੇਟਾ ਨੋਟਸ ਬਣਾਉਂਦਾ ਹੁੰਦਾ, ਤਾਂ ਮੈਂ ਜਦੋਂ ਨੋਟਸ ਬਣਾਉਣ ਲੱਗਦਾ ਹੁੰਦਾ ਤਾਂ ਬਸ ਇਸ ਤਰੀਕੇ ਨਾਲ ਸੋਚਦਾ ਹੁੰਦਾ ਵੀ ਜਦੋਂ ਨੋਟਸ ਬਣਾਉਣ ਹੀ ਲੱਗ ਗਿਆ ਤਾਂ ਬਸ ਇਸ ਤਰੀਕੇ ਦੇ ਨੋਟਸ ਬਣਾਓ ਵੀ ਬਸ ਬਿਲਕੁਲ ਐਕੂਰੇਸੀ ਦੇ ਨੋਟਸ ਹੋ ਜਾਣ, ਠੀਕ ਹੈ ਨਾ। ਤਾਂ ਤੁਸੀਂ ਵੀ ਇਸ ਤਰੀਕੇ ਦੀ ਸਟੱਡੀ ਕਰੋ ਵੀ ਬਸ ਐਕੂਰੇਸੀ ਲਿਆਓ ਸਟੱਡੀ ਦੇ ਵਿੱਚ, ਇੰਨਾ ਹਾਰਡਵਰਕ ਕਰੋ ਵੀ ਆਪਾਂ ਨੂੰ ਜੋਬ ਵੈਰੀ ਸੂਨ ਮਿਲ ਜਾਵੇ। ਨੈਕਸਟ, ਆ ਡੈਸ਼ ਇਜ਼ ਦੀ ਇਨਕਲੋਜ਼ਰ ਔਰ ਦੈਟ ਕੰਟੇਨਸ ਦੀ ਮੇਨ ਕੰਪੋਨੈਂਟਸ ਆਫ ਦੀ ਕੰਪਿਊਟਰ। ਤਾਂ ਉਹਨੂੰ ਕੀ ਬੋਲਦੇ ਆ, ਜਿਹੜੇ ਮੇਨ ਕੰਪੋਨੈਂਟਸ ਕੰਪਿਊਟਰ ਨੇ ਇਨਕਲੋਜ਼ ਕੀਤਾ ਹੋਇਆ, ਤਾਂ ਉਹਨੂੰ ਆਪਾਂ ਸਿਸਟਮ ਯੂਨਿਟ ਬੋਲਦੇ ਹਾਂ। ਤਾਂ ਸਿਸਟਮ ਯੂਨਿਟ ਬੋਲਦੇ ਆ, ਤਾਂ ਇਹ ਆਪਸ਼ਨ ਸਿਸਟਮ ਯੂਨਿਟ ਦੇ ਉੱਤੇ ਤੁਸੀਂ ਟਿੱਕ ਲਾ ਦੋਗੇ। ਡੈਸ਼ ਓਪਰੇਸ਼ਨ ਇਜ਼ ਨੋਟ ਪਰਫੋਰਮਡ ਬਾਏ ਕੰਪਿਊਟਰ। ਤਾਂ ਕੰਪਿਊਟਰ ਦੇ ਦੁਆਰਾ ਕਿਹੜਾ ਓਪਰੇਸ਼ਨ ਪਰਫੋਰਮ ਨਹੀਂ ਹੁੰਦਾ? ਤਾਂ ਦੇਖੋ ਪ੍ਰੋਸੈਸਿੰਗ ਦਾ ਕੰਪਿਊਟਰ ਕਰਦਾ ਹੀ ਹੈ, ਕੰਟਰੋਲ ਵੀ ਕਰਦਾ, ਸੋਰਟਿੰਗ ਵੀ ਕਰਦਾ, ਮਤਲਬ ਸੋਰਟ ਮਤਲਬ ਡੇਟ ਵਾਈਜ਼ ਲਗਾਉਣਾ, ਨਿਊ ਅਤੇ ਓਲਡ ਡਾਟਾ ਲਗਾਉਣਾ, ਇਹ ਵੀ ਕਰ ਦਿੰਦਾ। ਬਟ ਥੋਟਫੁੱਲ ਨਹੀਂ ਹੈਗਾ, ਸੋਚ ਨਹੀਂ ਸਕਦਾ। ਡੀ ਆਪਸ਼ਨ ਥੋਟਫੁੱਲ ਦੇ ਉੱਤੇ ਤੁਸੀਂ ਟਿੱਕ ਲਾ ਦੋਗੇ, ਕਿਉਂਕਿ ਜਿਹੜਾ ਆਪਣਾ ਕੰਪਿਊਟਰ ਹੁੰਦਾ ਉਹ ਆਪਣੇ ਦੁਆਰਾ ਬਣਾਏ ਹੋਏ ਪ੍ਰੋਗਰਾਮਸ ਦੇ ਉੱਤੇ ਹੀ ਚੱਲਦਾ, ਉਹ ਆਪਣੇ ਆਪ ਕੋਈ ਡਿਸੀਜ਼ਨ ਨਹੀਂ ਲੈ ਸਕਦਾ, ਠੀਕ ਹੈ ਨਾ। ਤਾਂ ਥੋਟਫੁੱਲ ਨਹੀਂ ਹੈਗਾ। ਨੈਕਸਟ, ਵੀ ਕੈਨ ਇਨਸਰਟ ਆ ਡੈਸ਼ ਇਨ USB ਪੋਰਟ ਔਫ ਆ ਸਿਸਟਮ ਯੂਨਿਟ। ਤਾਂ ਸਿਸਟਮ ਯੂਨਿਟ ਦਾ ਜਿਹੜਾ USB ਪੋਰਟ ਹੁੰਦਾ ਆਪਣਾ,
ਤਾਂ ਉਹਦੇ ਵਿੱਚ ਆਪਾਂ ਕੀ ਲਗਾ ਸਕਦੇ ਹਾਂ, ਪੈਨ ਡਰਾਈਵ ਲਗਾ ਸਕਦਾ, ਤਾਂ ਡੀ ਆਪਸ਼ਨ ਪੈਨ ਡਰਾਈਵ ਦੇ ਉੱਤੇ ਤੁਸੀਂ ਟਿੱਕ ਲਾ ਦੋਗੇ। ਨੈਕਸਟ ਲਾਰਜ ਸਕੇਲ ਇੰਟੀਗ੍ਰੇਸ਼ਨ, ਜਿਹਨੂੰ ਆਪਾਂ LSI ਕਹਿੰਦੇ, ਲਾਰਜ ਸਕੇਲ ਇੰਟੀਗ੍ਰੇਸ਼ਨ ਆਫ ਚਿਪਸ ਵਾਜ ਇੰਟਰੋਡਿਊਸਡ ਇਨ ਵਿੱਚ ਜਨਰੇਸ਼ਨ, ਤਾਂ LSI ਕਹਿ ਦੇ ਤਾਂ VLSI, ਇਹ ਹੁੰਦਾ ਬੇਸਿਕਲੀ ਆਪਣਾ ਪ੍ਰੋਸੈਸਰ ਦੇ ਨਾਲ ਡੀਲ ਕਰਦਾ, ਮਾਈਕਰੋ ਪ੍ਰੋਸੈਸਰ ਦੇ ਨਾਲ। ਜੇ ਤੁਹਾਨੂੰ ਯਾਦ ਹੋਵੇ ਮਾਈਕਰੋ ਪ੍ਰੋਸੈਸਰ ਆਪਣਾ ਫੋਰਥ ਜਨਰੇਸ਼ਨ ਦੇ ਨਾਲ ਡੀਲ ਕਰਦਾ, ਤਾਂ ਫੋਰਥ ਦੇ ਉੱਤੇ ਡੀ ਆਪਸ਼ਨ ਦੇ ਉੱਤੇ ਤੁਸੀਂ ਟਿੱਕ ਲਾ ਦੋਗੇ। ਨੈਕਸਟ ਇਨ ਵਿੱਚ ਜਨਰੇਸ਼ਨ ਫਲੋਪੀ ਡਿਸਕ ਵਾਜ ਇੰਟਰੋਡਿਊਸਡ, ਤਾਂ ਫਲੋਪੀ ਡਿਸਕ ਜਿਹੜੀ ਸੀ ਉਹ 1967 ਦੇ ਅਰਾਊਂਡ ਡੈਵਲਪ ਹੋਈ ਸੀਗੀ, ਠੀਕ ਹੈ ਨਾ। ਤਾਂ ਫਲੋਪੀ ਡਿਸਕ ਦੀ ਗੱਲ ਕਰੀਏ ਤਾਂ ਉਹ 1967 ਦੇ ਵਿੱਚ ਜਿਹੜੀ ਆਪਣੀ ਜਨਰੇਸ਼ਨ ਚੱਲ ਰਹੀ ਸੀ ਉਹ ਥਰਡ ਜਨਰੇਸ਼ਨ ਸੀਗੀ। ਜੇ ਤੁਹਾਨੂੰ ਰਿਮਾਈਂਡ ਕਰਾਵਾਂ, ਆਪਣੀ ਫਸਟ ਜਨਰੇਸ਼ਨ 1940 ਤੋਂ ਲੈ ਕੇ 1956 ਤੱਕ ਸੀਗੀ, ਸੈਕਿੰਡ ਜਨਰੇਸ਼ਨ ਆਪਣੀ 1956 ਤੋਂ ਲੈ ਕੇ 1963 ਤੱਕ ਸੀਗੀ, ਥਰਡ ਜਨਰੇਸ਼ਨ ਆਪਣੀ 1963 ਤੋਂ ਲੈ ਕੇ 1971 ਤੱਕ ਸੀਗੀ, ਅਤੇ ਫੋਰਥ ਜਨਰੇਸ਼ਨ 1971 ਤੋਂ ਲੈ ਕੇ ਆਪਣੀ ਟਿਲ ਨਾਓ ਤੱਕ ਹੈਗੀ ਹੈ। ਬਿਲਕੁਲ ਓਕੇ, ਤਾਂ ਆਪਣੀ ਥਰਡ ਜਨਰੇਸ਼ਨ 1967 ਆ ਰਿਹਾ ਹੈ। ਨੈਕਸਟ ਦੀ ਮੇਨ ਕਰੈਕਟਰਿਸਟਿਕ ਆਫ ਫੋਰਥ ਜਨਰੇਸ਼ਨ ਵਾਜ਼, ਤਾਂ ਫੋਰਥ ਜਨਰੇਸ਼ਨ ਦੇ ਜਿਹੜੇ ਕੰਪਿਊਟਰ ਸੀਗੇ ਉਹਦੀ ਮੇਨ ਕਰੈਕਟਰਿਸਟਿਕ ਕੀ ਸੀਗੀ, VLSI, ਵੈਰੀ ਲਾਰਜ ਸਕੇਲ ਇੰਟੀਗ੍ਰੇਸ਼ਨ, ਜਿਹਨੂੰ ਆਪਾਂ ਮਾਈਕਰੋ ਪ੍ਰੋਸੈਸਰ ਕਹਿ ਦਿੰਦੇ, ਤਾਂ ਬੀ ਆਪਸ਼ਨ VLSI ਦੇ ਉੱਤੇ ਤੁਸੀਂ ਟਿੱਕ ਲਾ ਦੋਗੇ। ਨੈਕਸਟ ਦਿਸ ਟਾਈਪ ਆਫ ਕੰਪਿਊਟਰ ਇਜ਼ ਦੀ ਲੀਸਟ ਪਾਵਰਫੁਲ ਯੈਟ ਦੀ ਮੋਸਟ ਵਾਈਡਲੀ ਯੂਜ਼ਡ ਐਂਡ ਫਾਸਟ ਗਰੋਇੰਗ ਕੰਪਿਊਟਰ, ਕਹਿੰਦਾ ਇਹ ਵਾਲੇ ਕੰਪਿਊਟਰ ਲੀਸਟ ਪਾਵਰਫੁੱਲ ਨੇ, ਘੱਟ ਪਾਵਰਫੁੱਲ ਆ, ਬਟ ਫਿਰ ਵੀ ਜਨਤਾ ਦੇ ਵਿੱਚ ਬਹੁਤ ਫੇਮਸ ਹੈ। ਆਮ ਤੌਰ 'ਤੇ ਜਨਤਾ ਨੇ ਇਹੀ ਕੰਪਿਊਟਰ ਪਰਚੇਜ਼ ਕੀਤੇ ਹੋਏ ਨੇ, ਤਾਂ ਉਸਨੂੰ ਆਪਾਂ ਮਾਈਕਰੋ ਕੰਪਿਊਟਰ ਕਹਿੰਦੇ ਹਾਂ। ਜਿਹੜੇ ਆਪਣੇ ਆਪਣੇ PC ਹੁੰਦੇ ਨੇ, ਇਹ ਆਪਣੇ ਮਾਈਕਰੋ ਕੰਪਿਊਟਰ ਹੁੰਦੇ ਨੇ ਡੀਅਰ। ਤਾਂ ਇਹ ਅਸਲ ਦੇ ਵਿੱਚ ਦੇਖੋ ਹਰ ਇੱਕ ਕੋਲ ਆਪਣੇ ਘਰਾਂ ਦੇ ਵਿੱਚ ਆਪਣੇ ਲੈਪਟੋਪ ਜਾਂ ਕੰਪਿਊਟਰ ਹੈਗਾ, ਇਹੀ ਪਾਪੂਲਰ ਹੈਗਾ, ਆਪਾਂ ਤਾਂ ਇਹੀ ਯੂਜ਼ ਕਰਦੇ ਹਾਂ, ਹੈ ਨਾ। ਤਾਂ ਸੀ ਆਪਸ਼ਨ ਦੇ ਉੱਤੇ ਤੁਸੀਂ ਟਿੱਕ ਲਾ ਦੋਗੇ। ਨੈਕਸਟ ਮਾਈਕਰੋ ਕੰਪਿਊਟਰ ਇਜ਼ ਆ ਸਮਾਲ ਰੈਲੇਟਿਵਲੀ ਇਨਐਕਸਪੈਂਸਿਵ ਕੰਪਿਊਟਰ ਵਿਦ ਆ ਮਾਈਕਰੋ ਪ੍ਰੋਸੈਸਰ, ਵਿਚ ਇਜ਼ ਦੀ ਫਸਟ ਮਾਈਕਰੋ ਕੰਪਿਊਟਰ, ਤਾਂ ਸਭ ਤੋਂ ਪਹਿਲਾਂ ਜਿਹੜਾ ਫਸਟ ਮਾਈਕਰੋ ਕੰਪਿਊਟਰ ਬਣਿਆ ਸੀਗਾ ਉਹ ਐਲਟਾਰ ਬਣਿਆ ਸੀਗਾ, ਤਾਂ ਡੀ ਆਪਸ਼ਨ ਐਲਟਾਰ ਦੇ ਉੱਤੇ ਤੁਸੀਂ ਟਿੱਕ ਲਾਓਗੇ। ਨੈਕਸਟ ਕੰਪਿਊਟਰਸ ਦੈਟ ਆਰ ਪੋਰਟੇਬਲ ਐਂਡ ਕਨਵੀਨੀਅੰਟ ਫੋਰ ਯੂਜ਼ਰ ਹੂ ਟਰੈਵਲ ਆਰ ਨੋਨ ਐਜ਼, ਤਾਂ ਉਹ ਵਾਲੇ ਕੰਪਿਊਟਰ ਕਿਹੜੇ ਨੇ ਜਿਹੜੇ ਲੋਕ ਟਰੈਵਲਿੰਗ ਦੇ ਦੌਰਾਨ ਕੰਪਿਊਟਰ ਦਾ ਯੂਜ਼ ਕਰਦੇ ਨੇ, ਦਾ ਦੈਟ ਕੰਪਿਊਟਰ ਆਲ ਦਾ ਲੈਪਟੋਪਸ, ਤਾਂ ਉਹਨਾਂ ਨੂੰ ਕੀ ਬੋਲਦੇ ਆਪਾਂ, ਲੈਪਟੋਪਸ ਬੋਲਦੇ ਆ। ਤਾਂ ਲੈਪਟੋਪ ਹੈ ਈਜ਼ੀਲੀ ਟਰੈਵਲਿੰਗ ਦੇ ਦੌਰਾਨ ਵੀ ਯੂਜ਼ ਕਰ ਲੈਂਦੇ, ਤਾਂ ਬੀ ਆਪਸ਼ਨ ਲੈਪਟੋਪ ਦੇ ਉੱਤੇ ਤੁਸੀਂ ਟਿੱਕ ਲਾਓਗੇ। ਨੈਕਸਟ ਪੋਰਟੇਬਲ ਕੰਪਿਊਟਰ ਆਲਸੋ ਨੋਨ ਐਜ਼ ਲੈਪਟੋਪ ਕੰਪਿਊਟਰ ਵੇਇੰਗ ਬਿਟਵੀਨ 4 to 10 pounds ਇਜ਼ ਕਾਲਡ ਐਜ਼, ਤਾਂ ਲੈਪਟੋਪ ਕੰਪਿਊਟਰ ਜਿਹੜਾ ਹੈਗਾ ਇਸਨੂੰ ਆਪਾਂ ਹੋਰ ਕੀ ਬੋਲਦੇ ਹਾਂ, ਨੋਟਬੁੱਕ ਕੰਪਿਊਟਰ ਵੀ ਬੋਲਦੇ ਨੇ, ਤਾਂ ਡੀ ਆਪਸ਼ਨ ਨੋਟਬੁੱਕ ਕੰਪਿਊਟਰ ਦੇ ਉੱਤੇ ਤੁਸੀਂ ਟਿੱਕ ਲਾ ਦੋਗੇ। ਨੈਕਸਟ ਵਿਚ ਆਫ ਦੀ ਫੋਲਿੰਗ ਇਜ਼ ਦੀ ਸਮੋਲੈਸਟ ਕੰਪਿਊਟਰ, ਤਾਂ ਇਹਨਾਂ ਵਿੱਚ ਸਭ ਤੋਂ ਸਮੋਲੈਸਟ ਕੰਪਿਊਟਰ ਕਿਹੜਾ ਹੈਗਾ, ਦੇਖੋ ਵਰਕ ਸਟੇਸ਼ਨ ਹੈ, ਡੈਸਕਟੋਪ ਹੈ, ਨੋਟਬੁੱਕ ਹੈ, ਲੈਪਟੋਪ, ਤਾਂ ਇਹਨਾਂ ਸਭ ਤੋਂ ਸਮੋਲੈਸਟ ਹੁੰਦਾ ਨੋਟਬੁੱਕ, ਤਾਂ ਇਹ ਆਪਸ਼ਨ ਲੈਪਟੋਪ ਤੋਂ ਵੀ ਥੋੜ੍ਹਾ ਜਿਹਾ ਘੱਟ ਛੋਟਾ ਹੁੰਦਾ ਨੋਟਬੁੱਕ, ਤਾਂ ਇਹ ਆਪਸ਼ਨ ਨੋਟਬੁੱਕ ਦੇ ਉੱਤੇ ਤੁਸੀਂ ਟਿੱਕ ਲਾਓਗੇ। ਨੈਕਸਟ ਵਿਚ ਆਫ ਦੀ ਫੋਲਿੰਗ ਕੈਨ ਬੀ ਕੰਸੀਡਰ ਐਜ਼ ਅ ਪੋਰਟੇਬਲ ਕੰਪਿਊਟਰ, ਤਾਂ ਪੋਰਟੇਬਲ ਕੰਪਿਊਟਰ ਕਿਹੜਾ ਹੈਗਾ, PDA, ਪਰਸਨਲ ਡਿਜੀਟਲ ਅਸਿਸਟੈਂਸ, ਤਾਂ ਪਰਸਨਲ ਡਿਜੀਟਲ ਅਸਿਸਟੈਂਸ ਨੂੰ ਆਪਾਂ ਕੀ ਬੋਲਦੇ ਹਾਂ, ਆਪਣਾ ਪੋਰਟੇਬਲ ਕੰਪਿਊਟਰ ਬੋਲਦੇ ਹਾਂ, ਪਰਸਨਲ ਡਿਜੀਟਲ ਅਸਿਸਟੈਂਸ, ਠੀਕ ਹੈ ਨਾ। ਨੈਕਸਟ ਪਰਸਨ ਕੰਪਿਊਟਰ, ਆ ਪਰਸਨਲ ਕੰਪਿਊਟਰ ਡਿਜ਼ਾਈਨ ਟੂ ਮੀਟ ਦੀ ਕੰਪਿਊਟਿੰਗ ਨੀਡ ਆਫ ਐਨ, ਤਾਂ ਪਰਸਨਲ ਕੰਪਿਊਟਰ ਜਿਹੜਾ ਆਪਣਾ ਡਿਜ਼ਾਈਨ ਕੀਤਾ ਹੋਇਆ ਨੀਡਸ ਦੀ ਇੰਡੀਵਿਜੁਅਲ ਦੀ ਨੀਡਸ ਪੂਰੀ ਕਰਦਾ, ਤਾਂ ਇਹ ਆਪਸ਼ਨ ਇੰਡੀਵਿਜੁਅਲ ਦੇ ਉੱਤੇ ਤੁਸੀਂ ਟਿੱਕ ਲਾਓਗੇ। ਨੈਕਸਟ ਮਲਟੀ ਯੂਜ਼ਰ ਸਿਸਟਮ ਪ੍ਰੋਵਾਈਡਡ ਕੋਸਟ ਸੇਵਿੰਗ ਫੋਰ ਸਮਾਲ ਬਿਜਨਸ ਬਿਕੋਜ਼ ਦੇ ਯੂਜ਼ ਆ ਸਿੰਗਲ ਪ੍ਰੋਸੈਸਿੰਗ ਯੂਨਿਟ ਟੂ ਲਿੰਕ ਸੈਵਰਲ ਇਜ਼ ਕਾਲਡ, ਮਤਲਬ ਇੱਕ ਆਪਾਂ ਜਿਹੜਾ ਮਲਟੀ ਯੂਜ਼ਰ ਸਿਸਟਮ ਲਾਇਆ ਹੋਇਆ, ਇੱਕੋ ਮਤਲਬ ਆਪਾਂ ਨੇ ਕਹਿੰਦਾ ਇੱਕ ਹੀ ਆਪਾਂ ਨੇ ਪ੍ਰੋਸੈਸਿੰਗ ਯੂਨਿਟ ਲਾਈ ਹੋਈ ਹੈ, ਤਾਂ ਲਿੰਕ ਸੈਵਰਲ ਨੇ, ਤਾਂ ਇਸ ਨੂੰ ਆਪਾਂ ਕੀ ਬੋਲਦੇ ਹੈਗੇ, ਇਸ ਨੂੰ ਆਪਾਂ ਡੰਬ ਟਰਮੀਨਲ ਬੋਲਦੇ, ਦੈਟ ਇਜ਼ ਕਾਲਡ ਡੰਬ ਟਰਮੀਨਲ, ਇਜ਼ ਕਾਲਡ ਐਜ਼ ਅ ਡੰਬ ਟਰਮੀਨਲ। ਨੈਕਸਟ ਵਿਚ ਆਫ ਦੀ ਫੋਲਿੰਗ ਇਜ਼ ਅਵੇਲੇਬਲ ਇਨ ਦੀ ਫੋਰਮ ਆਫ ਆ PC ਨਾਓ, ਤਾਂ PC ਦੀ ਫੋਰਮ ਦੇ ਵਿੱਚ ਆਪਾਂ ਨੂੰ ਕੀ ਅਵੇਲੇਬਲ ਹੁੰਦਾ, ਮਿੰਨੀ ਕੰਪਿਊਟਰ, ਤਾਂ ਆਪਣਾ ਮਾਈਕਰੋ ਕੰਪਿਊਟਰ ਬੇਸਿਕਲੀ, ਤਾਂ ਮਾਈਕਰੋ ਕੰਪਿਊਟਰ ਇਹਨੂੰ ਕਿਉਂ, ਸਭ ਤੋਂ ਛੋਟਾ ਮਾਈਕਰੋ ਕੰਪਿਊਟਰ PC ਹੀ ਆਪਣਾ ਮਾਈਕਰੋ ਕੰਪਿਊਟਰ ਹੁੰਦਾ, ਕਿਉਂਕਿ ਇਸਦੇ ਵਿੱਚ ਇੱਕ ਪ੍ਰੋਸੈਸਰ ਯੂਜ਼, ਜਿਸਦੇ ਵਿੱਚ ਇੱਕ ਪ੍ਰੋਸੈਸਰ ਯੂਜ਼ ਹੁੰਦਾ, ਉਸਨੂੰ ਆਪਾਂ ਮਾਈਕਰੋ ਕੰਪਿਊਟਰ ਬੋਲਦੇ ਹੁੰਦੇ ਹਾਂ, ਤਾਂ ਬੀ ਆਪਸ਼ਨ ਦੇ ਉੱਤੇ ਤੁਸੀਂ ਟਿੱਕ ਲਾਓਗੇ। ਨੈਕਸਟ ਆ ਸਿੰਗਲ ਬੱਸ ਸਟਰਕਚਰ ਇਜ਼ ਪ੍ਰਾਈਮਰਲੀ ਫਾਊਂਡ ਇਨ, ਤਾਂ ਸਿੰਗਲ ਬੱਸ ਸਟਰਕਚਰ ਜਿਹੜੀ ਫਾਊਂਡ ਹੁੰਦੀ ਹੈ
ਉਹ ਮਿੰਨੀ ਅਤੇ ਮਾਈਕਰੋ ਕੰਪਿਊਟਰ 'ਚ ਫਾਊਂਡ ਹੁੰਦੀ ਹੈ, ਤਾਂ ਡੀ ਆਪਸ਼ਨ ਮਿੰਨੀ ਐਂਡ ਮਾਈਕਰੋ ਕੰਪਿਊਟਰ ਦੇ ਉੱਤੇ ਤੁਸੀਂ ਟਿੱਕ ਲਾਓਗੇ। ਨੈਕਸਟ ਆ ਡੈਸ਼ ਇਜ਼ ਆ ਲਾਰਜ ਐਂਡ ਐਕਸਪੈਂਸਿਵ ਕੰਪਿਊਟਰ ਕੈਪੇਬਲ ਆਫ ਸਾਈਮਲਟੇਨੀਅਸਲੀ ਪ੍ਰੋਸੈਸਿੰਗ ਡਾਟਾ ਫੋਰ ਹੰਡਰਡਸ ਔਰ ਥਾਊਜੈਂਡਸ ਆਫ ਯੂਜ਼ਰ। ਤਾਂ ਮਤਲਬ ਥਾਊਜੈਂਡਸ ਯੂਜ਼ਰ ਦਾ ਡਾਟਾ ਹੈਂਡਲ ਕਰ ਸਕਦਾ, ਤਾਂ ਉਸ ਨੂੰ ਆਪਾਂ ਮੇਨ ਫਰੇਮ ਕੰਪਿਊਟਰ ਬੋਲਦੇ। ਤਾਂ ਸੀ ਆਪਸ਼ਨ ਮੇਨ ਫਰੇਮ ਕੰਪਿਊਟਰ ਦੇ ਉੱਤੇ ਟਿੱਕ ਲਾਉਂਦਾ ਜਦੋਂ ਉਹ ਹੰਡਰਡ ਐਂਡ ਥਾਊਜੈਂਡਸ ਆਫ ਯੂਜ਼ਰਸ ਨੂੰ ਆਪਣਾ ਕੰਟਰੋਲ ਕਰਦਾ। ਦੈਟ ਇਜ਼ ਦਾ ਮੇਨ ਫਰੇਮ ਕੰਪਿਊਟਰ ਬੋਲਦੇ ਆਪਾਂ ਉਸ ਨੂੰ। ਨੈਕਸਟ ਵਿੱਚ ਆਫ ਦੀ ਫੋਲੋਇੰਗ ਇਜ਼ ਜਨਰਲੀ ਕੋਸਟਲੀਅਰ। ਤਾਂ ਸਭ ਤੋਂ ਕੋਸਟਲੀਅਰ ਕੀ ਹੁੰਦਾ ਬੇਸਿਕਲੀ? ਤਾਂ ਮੇਨ ਫਰੇਮ ਕੰਪਿਊਟਰ ਜਿਹੜਾ ਹੁੰਦਾ ਇਹ ਸਭ ਤੋਂ ਜਿਹੜੀ ਵੀ ਗਿਵਨ ਆਪਸ਼ਨ ਹੈ ਇਹਨਾਂ ਵਿੱਚ ਕੋਸਟਲੀ ਹੈਗਾ, ਠੀਕ ਹੈ ਨਾ। ਨੈਕਸਟ ਡੈਸ਼ ਪ੍ਰੋਸੈਸਿੰਗ ਇਜ਼ ਯੂਜ਼ਡ ਇਨ ਮੇਨ ਫਰੇਮ ਕੰਪਿਊਟਰ। ਤਾਂ ਮੇਨ ਫਰੇਮ ਕੰਪਿਊਟਰ ਦੇ ਵਿੱਚ ਬੇਸਿਕਲੀ ਆਪਾਂ ਬੈਚ ਪ੍ਰੋਸੈਸਿੰਗ ਯੂਜ਼ ਕਰਦੇ ਹਾਂ, ਤਾਂ ਇਹ ਆਪਸ਼ਨ ਬੈਚ ਪ੍ਰੋਸੈਸਿੰਗ ਦੇ ਉੱਤੇ ਤੁਸੀਂ ਟਿੱਕ ਲਾਓਗੇ। ਨੈਕਸਟ ਤਾਂ ਬੇਟਾ ਆਪਣੇ ਵੀਡੀਓਜ਼ ਨੂੰ ਸ਼ੇਅਰ ਕਰਦੇ ਰਿਹਾ ਕਰੋ, ਸੋਚੀ ਨਾ ਜਾਇਆ ਕਰੋ। ਮੈਂ ਤੁਹਾਨੂੰ ਵਾਰ ਵਾਰ ਕਹਿੰਦਾ ਜੋ ਵੀ ਤੁਸੀਂ 20 ਜਣੇ ਜਾਂ 50 ਜਣੇ ਜਾਂ ਆਪਾਂ 100 ਜਣੇ ਕੁਛ ਵੀ ਦੇਖ ਰਹੇ ਹਾਂ, ਘੱਟੋ ਘੱਟ 1 or 2 ਫਰੈਂਡਸ ਨੂੰ ਜ਼ਰੂਰ ਅੱਗੇ ਵੀਡੀਓ ਫਾਰਵਰਡ ਕਰੋ ਵੀ, ਤਾਂ ਜੋ ਵਾਚ ਕਰੇ ਉਹਨੂੰ ਕਹੋ ਪਰਸਨਲੀ ਵੀ ਭਾਈ ਆਪਣੇ ਅੱਗੇ ਇਗਜ਼ਾਮ ਆਉਣੇ ਹੈਗੇ ਨੇ ਤਾਂ ਆਪਣੀ ਸਟੱਡੀ ਕਰਨੀ ਸਟਾਰਟ ਕਰ। ਚਾਹੇ ਅੱਗੇ ਪੰਜਾਬ ਪੁਲਿਸ ਦੇ ਇਗਜ਼ਾਮ ਆਉਣੇ ਨੇ, ਪਟਵਾਰੀ ਦੇ ਇਗਜ਼ਾਮ ਆਉਣੇ ਨੇ, PSSB ਦੇ ਇਗਜ਼ਾਮ ਆਉਣੇ ਨੇ, ਬੇਟਾ ਹੁਣ ਸਟੱਡੀ ਕਰਦੇ ਰਹੋ। ਆਪਣੇ ਫਰੈਂਡਸ ਨੂੰ ਵੀ ਕਹੋ ਅਤੇ ਆਪ ਵੀ ਆਪਣਾ ਅੱਛੇ ਤਰੀਕੇ ਨਾਲ ਵੀਡੀਓ ਨੂੰ ਪ੍ਰੋਪਰ ਵੇ ਨਾਲ ਦੇਖਿਆ ਕਰੋ, ਸਕਿੱਪ ਨਾ ਕਰਿਆ ਕਰੋ ਵੀਡੀਓ ਦਾ ਇੱਕ ਵੀ ਪਾਰਟ, ਠੀਕ ਹੈ ਨਾ। ਵੀਡੀਓ ਨੂੰ ਅੱਗੇ ਅੱਗੇ ਕਰਕੇ ਨਾ ਦੇਖਿਆ ਕਰੋ, ਆਪਣਾ ਵੀਡੀਓ ਨੂੰ ਇੱਕ 20 ਮਿੰਟ ਦੀ ਵੀਡੀਓ ਹੁੰਦੀ ਹੈ ਕਿ ਪ੍ਰੋਪਰ ਵੇ ਨਾਲ ਸੁਣ ਲਿਆ ਕਰੋ, ਹਰ ਇੱਕ ਗੱਲ ਨੂੰ ਪ੍ਰੋਪਰ ਵੇ ਨਾਲ ਸੁਣਿਆ ਕਰੋ। ਨੈਕਸਟ ਸਮੋਲਰ ਐਂਡ ਲੈੱਸ ਐਕਸਪੈਂਸਿਵ PC ਬੇਸਡ ਸਰਵਰਸ ਆਰ ਰੀਪਲੇਸਿੰਗ ਡੈਸ਼ ਇਨ ਮੈਨੀ ਬਿਜ਼ਨਸ। ਤਾਂ ਸਮੋਲਰ ਐਂਡ ਲੈੱਸ ਐਕਸਪੈਂਸਿਵ ਜਿਹੜੇ PC ਬੇਸਡ ਸਰਵਰ ਸੀਗੇ ਉਹਨਾਂ ਨੂੰ ਰੀਪਲੇਸ ਕਰਤਾ ਆਪਾਂ ਨੇ ਮੇਨ ਫਰੇਮ ਕੰਪਿਊਟਰ ਦੇ ਨਾਲ, ਕਿਉਂਕਿ ਮੇਨ ਫਰੇਮ ਜਿਹੜੇ ਕੰਪਿਊਟਰ ਹੁੰਦੇ ਨੇ ਉਹ ਥਾਊਜ਼ੈਂਡ ਆਰ ਹੰਡਰਡਸ ਆਫ ਕੰਪਿਊਟਰ ਨੂੰ ਹੈਂਡਲ ਕਰ ਲੈਂਦੇ ਨੇ, ਤਾਂ ਸਰਵਰ ਜੇ ਕਿਤੇ ਆਪਾਂ ਨੇ ਮੇਨ ਫਰੇਮ ਕੰਪਿਊਟਰ ਹੈ ਰੱਖਤੇ ਉੱਥੇ, ਠੀਕ ਹੈ ਨਾ। ਨੈਕਸਟ ਡੈਸ਼ ਆਰ ਸਪੈਸ਼ਲੀ ਡਿਜ਼ਾਈਨ ਕੰਪਿਊਟਰ ਦੈਟ ਪਰਫੋਰਮ ਕੰਪਲੈਕਸ ਕੈਲਕੂਲੇਸ਼ਨ ਐਕਸਟ੍ਰੀਮਲੀ ਰੈਪਿਡਲੀ। ਤਾਂ ਜਿਹੜੇ ਸਪੈਸ਼ਲੀ ਡਿਜ਼ਾਈਨ ਨੇ ਜਿਹੜੇ ਕੈਲਕੂਲੇਸ਼ਨ ਬਹੁਤ ਰੈਪਿਡਲੀ ਸੋਲਵ ਕਰਦੇ ਨੇ, ਤਾਂ ਉਹਨਾਂ ਨੂੰ ਆਪਾਂ ਕੀ ਬੋਲਦੇ ਹਾਂ? ਸੁਪਰ ਕੰਪਿਊਟਰ ਬੋਲਦੇ। ਤਾਂ ਸੁਪਰ ਕੰਪਿਊਟਰ ਸਭ ਤੋਂ ਫਾਸਟੈਸਟ, ਸਭ ਤੋਂ ਕੋਸਟਲੀਅਸਟ ਹੁੰਦੇ ਨੇ ਅਤੇ ਸਭ ਤੋਂ ਕੰਪਲੈਕਸ ਜਿਹੜੀਆਂ ਆਪਣੇ ਕੈਲਕੂਲੇਸ਼ਨਸ ਹੁੰਦੀਆਂ ਨੇ ਉਹਨਾਂ ਨੂੰ ਸੋਲਵ ਕਰਦੇ ਨੇ ਬਹੁਤ ਜਲਦੀ, ਠੀਕ ਹੈ ਨਾ, ਸੁਪਰ ਕੰਪਿਊਟਰਸ। ਨੈਕਸਟ ਡੈਸ਼ ਕੰਪਿਊਟਰ ਇਜ਼ ਦੀ ਮੋਸਟ ਪਾਵਰਫੁਲ ਕੰਪਿਊਟਰ। ਤਾਂ ਜਿਹੜੇ ਗਿਵਨ ਆਪਸ਼ਨ ਇਹਨਾਂ ਵਿੱਚ ਸਭ ਤੋਂ ਪਾਵਰਫੁਲ ਹੈਗਾ ਸੁਪਰ ਕੰਪਿਊਟਰ। ਜੇ ਸੁਪਰ ਕੰਪਿਊਟਰ ਆਪਸ਼ਨ 'ਚ ਨਾ ਹੁੰਦਾ ਫਿਰ ਆਪਾਂ ਮੇਨ ਫਰੇਮ ਕੰਪਿਊਟਰ ਦੇ ਉੱਤੇ ਟਿੱਕ ਲਾ ਦਿੰਦੇ, ਠੀਕ ਹੈ ਨਾ। ਇਸ ਤਰੀਕੇ ਨਾਲ ਯਾਦ ਰੱਖੋ ਵੀ ਸੁਪਰ ਕੰਪਿਊਟਰ ਸਭ ਤੋਂ ਫਾਸਟੈਸਟ ਜਾਂ ਪਾਵਰਫੁਲ ਹੈ ਅਤੇ ਸੈਕਿੰਡ ਨੰਬਰ 'ਤੇ ਆਪਣਾ ਮੇਨ ਫਰੇਮ ਆ ਜਾਂਦਾ। ਨੈਕਸਟ ਨੰਬਰ ਕਰੰਚੀਅਰ ਇਜ਼ ਦੀ ਇਨਫੋਰਮਲ ਨੇਮ ਆਫ। ਤਾਂ ਨੰਬਰ ਕਰੰਚੀਅਰ ਜਿਹੜਾ ਇਨਫੋਰਮਲ ਨੇਮ ਹੈ, ਇਹ ਸੁਪਰ ਕੰਪਿਊਟਰ ਦਾ ਹੀ ਇਨਫੋਰਮਲ ਨੇਮ ਹੈ। ਤਾਂ ਬੀ ਆਪਸ਼ਨ ਸੁਪਰ ਕੰਪਿਊਟਰ ਦੇ ਉੱਤੇ ਤੁਸੀਂ ਟਿੱਕ ਲਾਓਗੇ। ਨੈਕਸਟ ਡੈਸ਼ ਡੈਵਲਪਡ ਆ ਸਾਗਾ 220 ਸੁਪਰ ਕੰਪਿਊਟਰ ਇਨ 2011। ਤਾਂ 2011 'ਚ ਸਾਗਾ ਸੀਰੀਜ਼ ਦਾ ਇੱਕ ਸੁਪਰ ਕੰਪਿਊਟਰ ਲਾਂਚ ਕੀਤਾ ਸੀਗਾ, ਇਸਰੋ ਨੇ, ਜਿਹੜਾ ਆਪਣੀ ਇੰਡੀਅਨ ਸਪੇਸ ਰਿਸਰਚ ਔਰਗਨਾਈਜੇਸ਼ਨ ਹੈ ਆਪਣੀ ਇਸਰੋ ਨੇ ਲਾਂਚ ਕੀਤਾ ਸੀਗਾ ਆਪਣਾ ਸਾਗਾ 220 ਜਿਹੜਾ ਆਪਣਾ ਸੁਪਰ ਕੰਪਿਊਟਰ ਸੀਗਾ। ਨੈਕਸਟ ਵਿੱਚ ਹਾਰਡਵੇਅਰ ਆਰ ਈਜ਼ੀਲੀ ਅਟੈਚਡ ਟੂ ਕੰਪਿਊਟਰ ਐਂਡ ਕੈਨ ਪਲੇਡ ਇੰਸਟੈਂਟਲੀ। ਤਾਂ ਜਿਹੜਾ ਹਾਰਡਵੇਅਰ ਆਪਾਂ ਬਹੁਤ ਈਜ਼ੀਲੀ ਤਰੀਕੇ ਨਾਲ ਅਟੈਚ ਕਰਦੇ ਪਲੇ ਕਰਦੇ, ਤਾਂ ਦੈਟ ਇਜ਼ ਦਾ ਪਲੱਗ ਐਂਡ ਪਲੇ। ਤਾਂ ਇਹ ਆਪਸ਼ਨ ਪਲੱਗ ਐਂਡ ਪਲੇ ਵੀ ਵੈਰੀ ਈਜ਼ੀਲੀ ਪਲੱਗ ਕਰੋ ਅਤੇ ਪਲੇ ਕਰਨ ਲੱਗ ਜਾਓ, ਪਲੱਗ ਐਂਡ ਪਲੇ। ਮੋਡਮ ਇਜ਼ ਆ ਡੈਸ਼। ਤਾਂ ਮੋਡਮ ਕੀ ਹੈ? ਬੇਸਿਕਲੀ ਇੱਕ ਹਾਰਡਵੇਅਰ ਹੈ। ਮੋਡਮ ਕੀ ਹੈ? ਮੋਡੂਲੇਟਰ, ਡੀ ਮੋਡੂਲੇਟਰ ਆਪਾਂ ਕਹਿ ਦਿੰਦੇ ਹਾਂ ਮੋਡਮ। ਤਾਂ ਇੱਕ ਹਾਰਡਵੇਅਰ ਹੈਗਾ ਜਿਹਦੇ ਥਰੂ ਆਪਣਾ ਇੰਟਰਨੈਟ ਚੱਲਦਾ ਹੈਗਾ, ਹੈ ਨਾ। ਨੈਕਸਟ ਕੰਪਿਊਟਰ ਫਾਲਸ ਇਨ ਟੂ ਦੀ ਡੈਸ਼ ਕੈਟਾਗਰੀ ਇਫ ਇਟ ਇਜ਼ ਐਟ ਦੀ ਟਾਈਮ ਆਫ ਕੰਸਟਰਕਸ਼ਨ ਵਨ ਆਫ ਦੀ ਫਾਸਟੈਸਟ ਕੰਪਿਊਟਰ ਇਨ ਦੀ ਵਰਲਡ। ਤਾਂ ਕੰਪਿਊਟਰ ਕਿਹੜੀ ਕੈਟਾਗਰੀ ਜਾਏਗਾ? ਸਭ ਤੋਂ ਫਾਸਟੈਸਟ ਕਿਹੜਾ ਹੁੰਦਾ? ਆਪਣਾ ਸੁਪਰ ਕੰਪਿਊਟਰ ਹੁੰਦਾ ਨਾ। ਤਾਂ ਬੀ ਆਪਸ਼ਨ ਸੁਪਰ ਕੰਪਿਊਟਰ ਦੇ ਉੱਤੇ ਤੁਸੀਂ ਟਿੱਕ ਲਾਓਗੇ। ਨੈਕਸਟ ਦੀ ਕੰਪੋਨੈਂਟ ਦੈਟ ਪ੍ਰੋਸੈਸ ਡਾਟਾ ਆਰ ਲੋਕੇਟਿਡ ਇਨ ਦੀ। ਜਿਹੜਾ ਕੰਪੋਨੈਂਟ ਆਪਣਾ ਡਾਟਾ ਪ੍ਰੋਸੈਸ ਕਰਨਾ, ਜਿਹੜੇ ਕੰਪੋਨੈਂਟਸ ਆਪਣੇ ਡਾਟੇ ਨੂੰ ਪ੍ਰੋਸੈਸ ਕਰਨਗੇ ਕਿੱਥੇ ਲੋਕੇਟ ਹੁੰਦੇ ਨੇ ਬੇਸਿਕਲੀ? ਤਾਂ ਉਹ ਸਿਸਟਮ ਯੂਨਿਟ 'ਚ ਲੋਕੇਟ ਹੁੰਦੇ ਨੇ। ਤਾਂ ਡੀ ਆਪਸ਼ਨ ਸਿਸਟਮ ਯੂਨਿਟ ਦੇ ਉੱਤੇ ਟਿੱਕ ਲਾਓਗੇ ਆਪਣੇ। 132 ਕੁਐਸਚਨ ਡਿਸਕਸ ਹੋ ਚੁੱਕੇ ਨੇ। ਨੈਕਸਟ ਵਰਚੁਅਲ ਮੈਮਰੀਜ਼। ਤਾਂ ਵਰਚੁਅਲ ਮੈਮਰੀ ਕੀ ਹੁੰਦੀ ਹੈ? ਬੇਸਿਕਲੀ ਜਿਹੜੀ ਆਪਣੀ ਇੰਟਰਨਲ ਆਪਣਾ ਇੱਕ ਲਿਊਜ਼ਨ ਜੀ ਮੈਮਰੀ ਰੱਖੀ ਹੁੰਦੀ ਹੈ, ਮੈਮਰੀ ਔਨ ਦੀ ਹਾਰਡ ਡਿਸਕ ਦੈਟ ਦੀ CPU ਐਕਸਟੈਂਡਡ ਰੈਮ। ਤਾਂ ਇੱਕ ਐਕਸਟੈਂਡਡ ਰੈਮ ਦੀ ਤਰ੍ਹਾਂ ਹੁੰਦੀ ਹੈ, ਹੁੰਦੀ ਹਾਰਡ ਡਿਸਕ ਹੈ,
बट एक एक्सटेंडेड रैम की तरह आप यूज़ करते होंने इसनों आप वर्चुअल मैमरी कह दें भी है नहीं एक्चुअल दे विच बट वर्चुअली आप अवेलेबल करके रखते हैं द सीपीयू एंड द प्राइमरी मैमरी आर लोकेटिड ऑन द जिहड़े सीपीयू ते प्राइमरी मैमरी हैगा उन्हों आप कित्थे लोकेट करते हैं मदरबोर्ड के उत्ते मदरबोर्ड जिहड़ा हैगा उत्थे ही प्रोसैसर लगता तो उत्थे ही अपना प्राइमरी मैमरीज इंस्टॉल होंदियां ने ठीक है ना नैक्सट By dash all the transformation of input into output is performed by अपना कहना सी पी यू सेंट्रल प्रोसैसिंग यूनिट के नाल ही सारा कुछ जो इनपुट है वह आउटपुट के चेंज हो जाता होंगे तो इस आप बोलते हैं सी पी यू बोलते हैं नैक्सट डैश आर दोज कंप्यूटर्स विच प्रोवाइड रिसोर्सिज टू द अदर कंप्यूटर्स कनैक्टिड बाय नैटवर्क तो जोड़े कंप्यूटर होंगे ने अदर रिसोर्सिज होंगे ने अदर कंप्यूटर्स के लिए तो उसनों आप बोलते हैं सर्वर बोलते हैं तो सर्वर आर दोज कंप्यूटर्स विच प्रोवाइड रिसोर्सिज टू अदर कंप्यूटर कनैक्टिड बाय नैटवर्क नैक्सट टू असैस अ मेन फ्रेम और सुपर कंप्यूटर यूजिज ऑफन भी जो अपने मेन फ्रेम या सुपर कंप्यूटर असैस करना हो आप यूज़ करा टर्मीनल्स का यूज़ कर दिया ए ऑप्शन टर्मीनल के उत्ते टिक लाओगे नैक्सट In dash computers, computation is carried out with physical quantities such as voltage, length, current and temperature. तो ये सारे voltage, current, analog device, analog signal होंगे ने दैट्स वाई फिर ये एनालॉग कंप्यूटर होने तो बी ऑप्शन एनालॉग के उत्ते टिक लाओगे नैक्सट डिजिटल कंप्यूटर्स यूज आ डैश सिस्टम टू इनकोड डाटा एंड प्रोग्राम तो डिजिटल कंप्यूटर्स के आप बाइनरी सिस्टम यूज़ कर दिया तो सी ऑप्शन बाइनरी दे उत्ते तुसी टिक लाओगे नैक्सट आ कंप्यूटर दैट कंबाइनस द करैक्टरिस्टिक्स ऑफ एनालॉग एंड डिजिटल जिहड़े कंप्यूटर एनालॉग ते डिजिटल दे करैक्टरिस्टिक्स नूं कंबाइन कर लैंदे उन्हूं बोलते हैं हाइब्रिड कंप्यूटर तो ए ऑप्शन हाइब्रिड के उत्ते तुसी टिक लाओगे नैक्सट What is the main barrier to the development of a quantum computer? कोई quantum computer ने physics दे विच वो नहीं बनाए जा रहे ये main barrier की आ रहा है the problem of decoherence कोई concept होंगे physics दे विच decoherence दाता वो सब तो main problem आती है भी आप quantum computer नहीं बना पा रहे हैं ठीक है ना the problem of decoherence मॉडर्न कंप्यूटर कंपेयर टू अर्लीयर कंप्यूटर जिहड़े मॉडर्न कंप्यूटर ने अजकल वो फास्ट ने ऑबवियस जी गल है ना ते ओहो जा फास्टर ने ते छोटे ने समॉलर ने तो डी ऑप्शन आ जूगा फास्टर एंड समॉलर नैक्सट अ मेन करैक्टरिस्टिक ऑफ कंप्यूटर सिस्टम इज डैश दैट कैन परफॉर्म डिफरेंट टाइप्स ऑफ टास्क एट द सेम टाइम जी मेन करैक्टरिस्टिक होंगे कंप्यूटर की भी डिफरेंट अपने टास्क कर सके सेम टाइम पर तो उसनों आप वर्साटाइल बोलते हैं यह कंप्यूटर की एक मेन करैक्टरिस्टिक वर्साटाइल नेचर भी डिफरेंट टास्क परफॉर्म करता एक सेम टाइम पर नैक्सट आ कंप्यूटर इज फ्री फ्रॉम टायर्डनैस रिफलैक्ट्स विच करैक्टरिस्टिक आप कहना भी कंप्यूटर फ्री आ टायर्डनैस तो यह कि करैक्टरिस्टिक है डेलीजेंस की तो जो बंद मेहनती होंगे ने कदे भी थकते नहीं है ना डेलीजेंस आजगा तो डी ऑप्शन डेलीजेंस के उत्ते टिक लाओगे नैक्सट The speed of computer is usually measured in ता अजकल जी स्पीड है कंप्यूटर gigahertz से megahertz मेजर कर देता both A and B के उत्ते आप टिक ला देंगे नैक्सट Which of the following is not a characteristic of a computer तो इन्हें कि characteristic नहीं हैगी तो इंटैलीजेंस नहीं हैगी कंप्यूटर कदे भी इंटैलीजेंट नहीं बन सकता हैगा तो ए ऑप्शन के उत्ते टिक लाओगे नैक्सट Which characteristic of computer distinguish it from electronic calculator? The computer की characteristic electronic computer calculator की different है storage. तो calculator storage नहीं कर सकते बजाय computer अपने storage कर सकते हैं next. Primary memory की store करते result भी store करते data भी store करते programs भी store करते all of these D option टिक लाओगे next. हैंड हैल्ड कंप्यूटर इज अदरवाइज कॉल्ड है तो हैंड हैल्ड जो कंप्यूटर आप पाम टॉप भी कहना भी हथेली के उत्ते आ जाता है पाम टॉप कंप्यूटर भी होंगे ने हैंड हैल्ड कंप्यूटरस नैक्सट एस एम पी एस कन्वर्ट जरा एस एम स्विचड मोड पावर सप्लाई होंगी है यह ए सी करंट को डी सी कन्वर्ट करता ऑल्टरनेटिव करंट को डी सी कन्वर्ट करता इस अपने अज्ज के 50 MCQ कवर हो जाते हैं कंप्यूटर के
ਤਾਂ ਆਪਣਾ ਇਹ ਆਪਣਾ ਚੈਪਟਰ ਚੱਲ ਰਿਹਾ ਇੰਟਰੋਡਕਸ਼ਨ ਆਫ ਕੰਪਿਊਟਰ ਐਂਡ ਹਿਸਟਰੀ ਆਫ ਦੀ ਕੰਪਿਊਟਰ ਵਾਲਾ। ਤੁਸੀਂ ਪ੍ਰੀਵੀਅਸ ਇਸਦੀਆਂ ਵੀਡੀਓਜ਼ ਦੇਖ ਸਕਦੇ ਹੋ ਚੈਨਲ ਦੀ ਪਲੇਲਿਸਟ ਵਿੱਚ ਜਾ ਕੇ। ਤਾਂ ਥੈਂਕ ਯੂ ਐਵਰੀ ਵਨ ਫੋਰ ਵਾਚਿੰਗ ਮਾਈ ਵੀਡੀਓ। ਤਾਂ ਸਭ ਨੂੰ ਵੀਡੀਓਜ਼ ਅੱਗੇ ਸ਼ੇਅਰ ਕਰਦੇ ਰਿਹਾ ਕਰੋ ਪਲੀਜ਼ ਡੀਅਰ। ਤਾਂ ਅੱਗੇ ਤੋਂ ਅੱਗੇ ਵੀਡੀਓਜ਼ ਨੂੰ ਜ਼ਰੂਰ ਵਟਸਐਪ ਗਰੁੱਪ ਦੇ ਵਿੱਚ ਜਾਂ ਆਪਣੇ ਫੇਸਬੁੱਕ ਗਰੁੱਪ ਦੇ ਵਿੱਚ ਸ਼ੇਅਰ ਕਰਦਿਆ ਕਰੋ। ਥੈਂਕ ਯੂ ਐਵਰੀ ਵਨ।